ਜੀ ਸਾਰਿਆਂ ਨੂੰ ਸੰਦੀਪ ਡੇ ਫਾਈਨ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ। ਅਤੇ ਪਿੰਡ ਉਸਮਾ ਪਹੁੰਚ ਚੁੱਕੇ ਹਾਂ, ਜ਼ਿਲ੍ਹਾ ਵੀ ਦਰਦ ਪਰ ਤਸਵੀਰ ਵੀ ਤਰਨ ਤਰਨ ਪੈਂਦੀ ਆ, ਅਤੇ ਬਾਈ ਰਾਜਵੀਰ ਸੋਨੀ ਉਹਨਾਂ ਕੋਲ ਦੇਖੋ ਅੱਜ ਵੀ ਪਸ਼ੂ ਨੇ 7-8 ਦੇ ਲਾਗੇ ਪਸ਼ੂ ਸੇਲ ਆ, ਅਤੇ ਆਓ ਫਿਰ ਬਾਈ ਜੀ ਨੇ ਗੱਲਬਾਤ ਕਰੀਏ। ਬਾਈ ਜੀ ਸਤਿ ਸ਼੍ਰੀ ਅਕਾਲ। ਆਹ ਪੱਖਾ ਬੰਦ ਕਰ ਦਿਓ ਜੀ, ਪੱਖਾ ਬੰਦ। ਹੋਰ ਸੁਣਾਓ ਜੀ, ਰਾਜੀ ਖੁਸ਼ੀ ਦਾ ਵੀਰ ਮੇਰੇ ਫੋਨਿਆ ਕਰਿਆ ਕੰਮ ਸਹੀ ਹੈ ਕਿ ਨਹੀਂ, ਚੱਕੀ ਦਾ ਨੀ ਕੋਈ ਕਰਦਾ ਸੀ ਜੇ ਕੋਈ, ਮਤਲਬ ਆਪਣੇ ਵੱਲੋਂ ਤਾਂ ਚੰਗਾ ਹੀ ਜਾਈਦਾ। ਅੱਜ ਵੀ ਆਪਣੇ ਤੋਂ ਮਤਲਬ 4 ਮਹੀਆਂ ਗੱਭਣੇ ਆ, ਕਿਸਾਨ ਗੱਭਣੇ। ਚਲੋ ਅੱਜ ਸਾਰਾ ਮਾਲ ਗੱਭਣੀਆਂ ਗੱਭਣੇ। ਹਾਂਜੀ, ਘਰ ਸ਼ੁਰੂ ਗਾਂ ਸ਼ੁਰੂ ਤੋਂ ਗਾਂ ਤੋਂ ਕਰ ਦਈਏ ਸੰਦੀਪ, ਵੇ ਮੱਛੀ ਕਿੰਨੀ ਚੰਗੀ ਹੈ। ਜਿੰਨੀ ਵੀ ਚੰਗੀ ਆ ਸੰਦੀਪ, ਬਿਲਕੁਲ ਬਾਕੀ ਰੰਗ ਬਾਹਰ ਆ, ਛੋਟੀ ਮੱਛੀ ਛੋਟਾ ਮੁੱਲ ਬੋਲੋ, ਕੋਈ 50 ਨੀ, ਕੋਈ 45 ਨੀ, ਕੋਈ 40 ਨੀ, 38,000 ਦੀ ਸੰਦੀਪ ਦੇਣੀ ਆ। 38,000 ਦੇ 36 ਦੇ ਦਈਏ, 35 ਦੇ ਦਈਏ, 32 ਦੀ ਦੇ ਦਈਏ, 32,000 ਦੀ। ਹਾਂ, ਸ਼ੋਰ ਹੀ ਹੋਣੀ ਆ, ਸ਼ੋਰ ਹੀ ਹੋਣੀ ਆ। ਚਲੋ ਸੰਦੀਪ ਆ ਦੂਜੀ ਝੋਟੀ, ਠੀਕ ਆ, ਵੇ ਝੋਟੀ ਗੱਭਣੀ ਝੋਟੀ, ਵੇ ਵੇ ਫਿਰ ਲਾਣੇ ਥਾਣੇ, ਠੀਕ ਆ, ਤੇ ਹੱਲੇ ਬਣੂਗੀ ਚੰਗੀ। ਤੇ ਵੇ ਬਾਕੀ ਨਵੀਂ ਝੋਟੀ ਸੰਦੀਪ, ਦੂਜਣ ਝੋਟੀ ਨਵੀਂ, ਵੇ ਬਹੁਤ ਚੰਗੀ, ਬਹੁਤ ਚੰਗੀ ਸੰਦੀਪ। ਭਾਅ ਵੀ ਆਪਾਂ ਬਿਲਕੁਲ ਜਾਇਜ਼ ਕਰ ਰਹੇ ਹਾਂ, ਪਹਿਲੇ ਫੋਨ ਤੇ ਉੜਦੀ ਆ, ਸਾਰੀਆਂ ਮਈਆਂ ਦੇ ਨਹੀਂ ਵੀ ਇੱਕ ਦਾ, ਸਾਰੀਆਂ ਦੇ ਭਾਅ ਇਦਾਂ ਦੇ ਕਰਦੇ ਆ, ਛੋਟੇ ਛੋਟੇ ਭਾਅ ਹੋਣਗੇ ਸੰਦੀਪ, ਮਾਲ ਵੇਚਾਂਗੇ ਅੱਗੇ, ਉਸ ਦਿਨ ਆਪਾਂ 8-9 ਵੇਚੀਆਂ ਤੇ ਛੋਟੇ ਛੋਟੇ ਭਾਅ ਕਰਕੇ ਵੇਚੀਆਂ। ਹਾਂਜੀ ਸੰਦੀਪ, ਮੁੱਲ ਭਾਵੇਂ 75 ਕਰਾ ਲਾ, 70-20 ਵੇਚਦੀ ਆ, ਪਰ 1,000 ਛੱਡ ਦਾਂਗੇ, 69 ਦੀ ਦੇਵਾਂਗੇ, 60,000 ਦੀ ਦੇ ਦੇਣੀ ਆ, ਬਾਜ਼ਾਰ ਨਾ ਵਾਲੇ ਕੰਮ, ਹਾਂ ਨਹੀਂ ਹਾਂ ਨਾ ਵਾਲੇ ਕੰਮ ਕਰਦੇ ਜੀ। ਚਲੋ ਆ ਦੂਜੀ ਝੋਟੀ ਸੰਦੀਪ, ਵੇ ਦੂਜਾ ਵੱਡੀ ਝੋਟੀ, ਠੀਕ ਆ, ਵੇ ਸਿੰਘ ਮੂੰਹ ਵੇਖਦਾ, ਇਹ ਵੀ ਗੱਭਣੇ, ਇਹ ਵੀ ਗੱਭਣੇ ਆ ਜੀ ਸੰਦੀਪ, ਵਾਲਾ ਝੋਟੀ ਇਹ ਇਧਰ ਇਧਰ, ਵੇ ਨਿੱਕਾ ਸਿੰਘ ਮੁਦਰੀ, ਨਿੱਕਾ ਸਿੰਘ ਮੁਦਰੀ ਸਿੰਘ, ਪੂਰੀ ਵੱਡੀ ਪੜੀ ਪੜੋਸੀ, ਪੂਰੇ ਵਜਨ ਵਾਲੀ ਝੋਟੀ ਆ, ਪੂਰੇ ਨਾਲ ਪੂਰੇ ਪੜੇ, ਹੈਨਾ, ਬਸ 14-15 ਕਿਲੋ ਵਾਲੀ ਝੋਟੀ ਆ, ਬਾਕੀ ਕੋਈ ਵੀਰ ਆਪਣੀ ਸਮਝ ਨਾ ਲਵੇ ਸੰਦੀਪ, ਬਸ ਬਸ ਬਸ, ਕਿਉਂਕਿ ਗੱਭਣ ਮਹਿੰਦ ਤੇ ਥਾਣੀ ਆਪਾਂ ਦੇ ਸਕਦੇ ਹਾਂ, ਸੂਈ ਮਹਿੰਦੀ ਤੇ ਆਪਾਂ ਦੁੱਧ ਹੀ ਬਿਲਕੁਲ ਬਚਣੇ, ਹੈਨਾ, ਬਿਲਕੁਲ ਜੀ। ਤੇ ਬਾਕੀ ਜਿਹਨੇ ਵਿਚਾਰੇ ਨੇ ਪੈਸੇ ਲਾਉਣੇ ਵਿਚਾਰੇ ਨੂੰ ਵੀ, ਹਾਂਜੀ ਹਾਂਜੀ, ਮੇਰਾ ਸੰਦੀਪ ਮੁੱਲ ਦੇ ਭਾਵੇਂ 1-10 ਕਰਾ ਲਾ, 1-5 ਹੀ ਦੇਣੀ ਪੂਰਾ ਜੀ, ਦੇ ਦਈਏ ਸੰਦੀਪਾ ਲੱਗ ਦੀ, ਹਾਂਜੀ ਛੋਲੀ ਕਰ ਦੀ, ਜਿਹਨੇ ਮਰਜ਼ੀ ਦੱਸ ਦਿਓ, ਚੱਲ ਦੋ ਹੀ ਕਰਦਾ, ਚਲੋ 90,000 ਦੇਣੀ ਵੇਖ, ਜਾਣ ਦੋ ਵੱਡੀ ਝੋਟੀ ਸੰਦੀਪ, ਬਿਲਕੁਲ ਆ ਵੀ ਝੋਟੀ ਵੇ, ਆਪਣੇ ਵੱਲੋਂ ਕੋਸ਼ਿਸ਼ ਹੈ ਵੀ ਚੰਗਾ ਹੀ ਪਾਉਣਾ, ਚੰਗਾ ਹੀ ਪਾਉਣਾ, ਗਾਹਕੂ ਪੈਸੇ ਖਰਚਦਾ, ਚੰਗਾ ਮਾਲ ਹੋਊਗਾ ਭਾਣਾ ਮਾਲ ਹੋਊਗਾ ਗਾਹਕੂ ਪੈਸੇ ਖਰਚਦਾ, ਕਿਉਂਕਿ ਤੁਹਾਨੂੰ ਪਤਾ ਪੈਸੇ ਠੀਕ ਨੀ, ਨੂਰਾ ਗੱਬਣ ਛੇਵੇਂ ਸੂਬੇ,
ਸੱਤਵੀਂ ਵੀ ਹੋ ਸਕਦੀ ਆ, ਭਾਵੇਂ ਅੱਠਵੀਂ ਵੀ ਲਾ ਲੇ, ਜਿਹੜੇ ਮਰਜ਼ੀ ਲਾ ਲਓ ਵੀਰ ਆਪਣੇ ਕਮੈਂਟ ਕਰਦੇ ਕੋਈ ਤੀਜੇ ਤੋਂ ਟੱਪਦੀ ਆ ਜਾਂ ਤੀਜੇ ਤੋਂ ਟੱਪਦੀ ਆ ਸੰਦੀਪ ਵੱਲ ਦੇਣ ਪਾਸਾ ਦੀ ਆ ਮੈਂ ਬਹੁਤ ਚੰਗੀ ਆ ਜਿਹੜੇ ਕੋਈ ਸੱਤ ਅੱਠ ਸੂਹੇ ਪੀਤੇ ਆ ਚੰਗੀ ਪਹਿਲਾਂ ਤੁਸੀਂ ਚੱਕ ਦਿੰਦਾ ਚੱਕ ਬਸ ਬਸ ਹਾਂਜੀ ਮੁੱਲ ਦੇ 65 ਕਰਾ ਲਾ 60 ਦੀ ਦੇ ਦੇਗੇ ਪਿੰਡ ਉਸਮਾ ਜ਼ਿਲ੍ਹਾ ਤਰਨ ਤਾਰਨ ਟੂਲ ਪਲਾਜ਼ੇ ਦੇ ਨਾਲ ਹੀ ਪੈਂਦਾ। ਸਤਿ ਸ੍ਰੀ ਅਕਾਲ ਜੀ।